ਵੀ ਅਲਾਈ ਵੀਲ ਟੁੱਟ ਗਏ ਅਤੇ ਆ ਟਾਇਰ ਬਾਹਰ ਨਿਕਲਿਆ ਆ, ਇੰਨਾ ਖਤਰਨਾਕ ਐਕਸੀਡੈਂਟ ਹੋਇਆ ਗਾ, ਸਾਰੀ ਗੱਡੀ ਖਤਮ ਕਰਤੀ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੇਲ ਟੈਂਕਰ ਤੇ ਗੱਡੀ ਦੀ ਭਿਆਨਕ ਟੱਕਰ ਹੋਈ ਹੈ, ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ। ਤਾਂ ਹਾਦਸੇ ਤੋਂ ਬਾਅਦ ਇਹ ਗੱਡੀ ਬਿਲਕੁਲ ਖਤਮ ਹੋ ਗਈ ਤੇ ਇਸ ਦੇ ਪਰਖਚੇ ਉੱਡ ਜਾਂਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ, ਜਿੱਥੇ ਦੋ ਵਾਹਨਾਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ। ਤਾਂ ਮੌਕੇ ਤੇ SSF ਦੀ ਟੀਮ ਪਹੁੰਚਦੀ ਹੈ, ਜਿਨ੍ਹਾਂ ਦੇ ਵੱਲੋਂ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਤਾਂ ਮੌਕੇ ਤੇ ਐਂਬੂਲੈਂਸ ਵੀ ਪਹੁੰਚਦੀ ਹੈ। ਤਾਂ ਦੱਸ ਦਈਏ ਕਿ ਇਹ ਵੀਡੀਓ ਇੱਕ ਐਂਬੂਲੈਂਸ ਵਾਲੇ ਵੱਲੋਂ ਬਣਾਈ ਗਈ, ਜਿਸ ਦੇ ਵਿੱਚ ਉਸਨੇ ਦੱਸਿਆ ਕਿ ਇਸ ਪੁਲ ਤੇ ਜਿਹੜਾ ਕੱਟ ਹੈ ਉਹ ਬਹੁਤ ਦੂਰ ਹੈ, ਜਿਸ ਕਰਕੇ ਇਹਨਾਂ ਨੂੰ ਬਹੁਤ ਉੱਪਰ ਤੋਂ ਘੁੰਮ ਕੇ ਆਉਣਾ ਪੈਂਦਾ, ਜਿਸ ਕਰਕੇ ਕੀਮਤੀ ਜਾਨਾਂ ਜਾਂਦੀਆਂ ਨੇ। ਤਾਂ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਦਰਖਾਸਤ ਲਾਈ ਗਈ ਹੈ ਕਿ ਪੁਲ ਦੇ ਬਿਲਕੁਲ ਨਜ਼ਦੀਕ ਇੱਕ ਕੱਟ ਲਗਾਇਆ ਜਾ ਸਕੇ, ਤਾਂ ਜੋ ਐਮਰਜੈਂਸੀ ਸਮੇਂ ਇਹ ਜਲਦ ਤੋਂ ਜਲਦ ਮਰੀਜ਼ਾਂ ਤੱਕ ਪਹੁੰਚ ਸਕਣ। ਤਾਂ ਇਹ ਹਾਦਸੇ ਦੇ ਵਿੱਚ ਦੱਸ ਦਈਏ ਕਿ ਜਦ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਤਾਂ ਇਹ ਸ਼ਖਸ ਬਹੁਤ ਦੂਰ ਤੋਂ ਘੁੰਮ ਕੇ ਆਉਂਦਾ, ਜਿਸ ਕਾਰਨ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ, ਭਿਆਨਕ ਟੱਕਰ ਹੋਈ ਸੀ ਦੋਨਾਂ ਗੱਡੀਆਂ ਦੇ ਦਰਮਿਆਨ। ਫਿਲਹਾਲ ਕਿਸ ਦੀ ਗਲਤੀ ਕਰਕੇ ਹਾਦਸਾ ਹੋਇਆ ਹਲੇ ਤੱਕ ਪਤਾ ਨਹੀਂ ਲੱਗਿਆ, ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ। ਪਰ ਇਸ ਦੇ ਵਿੱਚ ਇੱਕ ਸ਼ਖਸ ਦੀ ਮੌਕੇ 'ਤੇ ਮੌਤ ਹੋ ਗਈ ਹੈ, ਜਦਕਿ ਦੂਸਰਾ ਗੰਭੀਰ ਜ਼ਖਮੀ ਹੈ, ਜਿਸ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇਹ ਸੜਕ ਸੁਰੱਖਿਆ ਫੋਰਸ ਲੈ ਕੇ ਚੱਕ ਕੇ ਜਿਹੜੇ ਜ਼ਖਮੀ ਸੀਗੇ ਮਛਾਣੇ ਤੋਂ, ਜਦੋਂ ਪੁਲ ਨੂੰ ਆਪਾਂ ਚੜ੍ਹਦੇ ਹਾਂ ਉੱਥੇ ਐਕਸੀਡੈਂਟ ਹੋਇਆ ਗਾ, ਬਹੁਤ ਹੀ ਜ਼ਿਆਦਾ ਖਤਰਨਾਕ ਐਕਸੀਡੈਂਟ ਹੋਇਆ ਗਾ। ਦੇਖ ਲਓ ਵੀ ਅਲਾਈ ਵੀਲ ਟੁੱਟ ਗਏ ਅਤੇ ਆ ਟਾਇਰ ਬਾਹਰ ਨਿਕਲਿਆ ਆ, ਇੰਨਾ ਖਤਰਨਾਕ ਐਕਸੀਡੈਂਟ ਹੋਇਆ ਗਾ, ਸਾਰੀ ਗੱਡੀ ਖਤਮ ਕਰਤੀ। ਉੱਧਰੋਂ ਆ ਟੈਂਕੀ ਹੈ ਤੇਲ ਵਾਲੀ ਜਿਹਦੇ 'ਚ ਵੱਜਿਆ ਗਾ, ਦੇਖੋ ਉਹਦਾ ਹਿੱਸਾ ਪੱਟਿਆ ਗਿਆ, ਐਡਾ ਖਤਰਨਾਕ ਐਕਸੀਡੈਂਟ ਹੋਇਆ ਗਾ, ਬਹੁਤ ਹੀ ਜ਼ਿਆਦਾ ਖਤਰਨਾਕ ਆ। ਆਹ ਦੇਖੋ ਬਈ ਟਰੱਕ ਦਾ ਸਾਰਾ ਹਿੱਸਾ ਪੱਟਿਆ ਗਿਆ, ਪਤਾ ਨਹੀਂ ਕਿੰਨੀ ਕੁ ਸਪੀਡ 'ਤੇ ਸੀ, ਕਿਵੇਂ ਸੀਗਾ, ਕੋਈ ਭੇਤ ਨਹੀਂ, ਬਹੁਤ ਜ਼ਿਆਦਾ ਐਂਕੀ ਨਾਲ ਐਕਸੀਡੈਂਟ ਹੋਇਆ ਇਹ। ਜੇਕਰ ਬੇਨਤੀ ਹੈਗੀ ਯਾਰ ਬਈ, ਜੇ ਕਹਿ ਕਹਾ ਕਿ ਇੱਥੇ ਨੇੜੇ ਕੱਟ ਬਣਦਾ ਗਾ ਤਾਂ ਬਈ ਕੱਟ ਬਣਵਾਓ, ਕੱਟ ਹੁਣ ਉਹ ਮੈਂ ਗੁੜਛੜੀ ਤੋਂ ਮੁੜ ਕੇ ਆਇਆ ਪੁੱਠਾ, ਜਦੋਂ ਮੈਂ ਆਇਆ ਉਦੋਂ ਨੂੰ ਸੜਕ ਸੁਰੱਖਿਆ ਫੋਰਸ ਵਾਲਿਆਂ ਦੀ ਗੱਡੀ 'ਚ ਪਵਾ ਕੇ ਭੇਜਿਆ ਗਿਆ ਗਾ ਵੀ ਤੁਸੀਂ ਲੈ ਜਾਓ ਐਂਬੂਲੈਂਸ ਨੂੰ, ਟਾਈਮ ਲੱਗੂਗਾ। ਮੈਂ ਪਹਿਲਾਂ ਵੀ ਵਾਰ ਮੈਸੇਜ ਕਰਕੇ ਪੁੱਛੀ ਗਿਆ ਵੀ ਕੋਈ ਗੱਡੀ ਪਹੁੰਚੀ ਆ ਤਾਂ ਦੱਸ ਦਿਓ ਕਿ ਮੈਂ ਆ ਜਾਂਦਾ ਗਾ। ਜਦੋਂ ਨੂੰ ਮੈਨੂੰ ਪਤਾ ਲੱਗਿਆ ਮੈਂ ਆਇਆ ਤਾਂ ਮੈਨੂੰ ਗੁੜਥਣੀਓਂ ਵਾਪਸ ਮੁੜ ਕੇ ਆਉਣਾ ਪਿਆ, ਨੇੜੇ ਕੱਟ ਹੈ ਨਹੀਂ ਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦਿੱਕਤਾਂ ਪੈਣਗੀਆਂ, ਬੇਨਤੀ ਹੈ ਕਿ ਨੇੜੇ ਕੱਟ ਬਣਵਾਇਆ ਜਾਵੇ, ਚਾਹੇ ਮੈਂ ਆ ਚਾਹੇ ਕੋਈ ਵੀ ਐਂਬੂਲੈਂਸ ਵਾਲਾ ਗਾ, ਜੇ ਨੇੜੇ ਹੋਊਗਾ, ਨੇੜੇ ਕੱਟ ਹੋਊਗਾ, ਨੇੜੇ ਗੱਡੀ ਸੜਕ ਦੇ ਉੱਤੇ ਚੜ੍ਹਦੀ ਆ, ਜਲਦੀ ਚੜ੍ਹਦੀ ਆ, ਤਾਂ ਮੌਕੇ 'ਤੇ ਪਹੁੰਚਿਆ ਜਾਊਗਾ, ਨਹੀਂ ਆਹੀ ਹਾਲ ਹੋਊਗਾ। ਐਮਰਜੈਂਸੀ ਗੱਡੀ ਕੋਈ ਵੀ ਨੇੜੇ ਪਹੁੰਚਣ ਤੋਂ ਬਿਨਾਂ ਹੀ ਜਿਹੜੇ ਜ਼ਖਮੀ ਹੋਇਆ ਕਰਨਗੇ ਸੜਕ 'ਤੇ ਮਰਿਆ ਕਰਨਗੇ ਇਲਾਜ ਤੋਂ ਬਿਨਾਂ। ਬੇਨਤੀ ਆ ਜੇ ਤਾਂ ਕੋਈ ਹੱਲ ਹੁੰਦਾ ਗਾ ਤਾਂ ਕਰਵਾਇਆ ਜਾਵੇ, ਨੇੜੇ ਕੱਟ ਬਣਵਾਇਆ ਜਾਵੇ ਜਿਹਦੇ ਕਿ ਸੜਕ ਦੇ ਉੱਤੇ ਜਲਦੀ ਚੜ੍ਹਿਆ ਜਾਵੇ। ਜਦੋਂ ਨੂੰ ਮੈਂ ਗੁੜਥੜੀਓਂ ਮੁੜ ਕੇ ਆਇਆਂਗਾ ਉਦੋਂ ਨੂੰ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ, ਉਹਦਾ ਵਿਚਾਰੇ ਨੂੰ ਐਮਰਜੈਂਸੀ ਲਿਜਾਣਾ ਪਏਗਾ, ਸੜਕ ਸੁਰੱਖਿਆ ਫੋਰਸ ਵਾਲਿਆਂ ਦੀ ਗੱਡੀ ਦੇ ਵਿੱਚ ਹੀ ਚੱਕ ਕੇ ਲਿਜਾਣਾ ਪਿਆ।